ਬਾਣੀ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਹੁਣ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਸਰਦਾਰ ਹਰਮਿੰਦਰ ਪਾਲ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਿੰਦਰਪਾਲ ਸਿੰਘ ਹੈ ਔਰ ਮੈਂ ਇਕਬਾਣੀ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਜੀ, ਔਰ ਤੁਸੀਂ ਆਪਣਾ ਪ੍ਰੋਫਾਈਲ ਵੀ ਸਾਂਝਾ ਕਰ ਦਿਓ ਸਾਡੇ ਦਰਸ਼ਕਾਂ ਦੇ ਨਾਲ। ਜੀ, ਮੈਂ ਜੂਨੀਅਰ ਡੈਂਟਲ ਟੈਕਨੀਸ਼ੀਅਨ ਹਾਂ ਐਕਸੀਡੈਂਟਲ ਹਸਪੀਟਲ ਘਗਵਾਲ ਦੇ ਵਿੱਚ ਔਰ ਐਟ ਪ੍ਰੈਜੈਂਟ ਕਿਉਂਕਿ ਕੋਰੋਨਾ ਦੀ ਵਜ੍ਹਾ ਕਰਕੇ ਸਾਰੀ ਜਿਹੜੀ ਓਪੀਡੀ ਉਹ ਸਸਪੈਂਡਡ ਹੈ, ਤੇ ਇਸ ਕਰਕੇ ਮੇਰੀ ਕੋਰੋਨਾ ਸੈਂਪਲਿੰਗ ਦੇ ਵਿੱਚ ਹੀ ਡਿਊਟੀ ਸੀ ਤੇ ਔਰ ਰੀਸੈਂਟਲੀ ਜਿਹੜੀ ਮੇਰੀ ਡਿਊਟੀ ਹੈ, ਪਹਿਲੇ ਉਸ ਤੋਂ ਪਹਿਲੇ ਮੈਂ ਟਪਿਆਲ ਡਿਊਟੀ ਦਿੱਤੀ ਹੈ ਔਰ ਉਹਦੇ ਬਾਅਦ ਮੇਰੀ ਜਿਹੜੀ ਲਖਨਪੁਰ ਡਿਊਟੀ ਲਗਾਈ ਗਈ ਸੀ ਤੇ ਔਰ ਡਿਊਟੀ ਦੇ ਦੌਰਾਨ ਹੀ ਜਿਹੜਾ ਮੈਂ ਸੈਂਪਲਿੰਗ ਕਰਦਾ, ਜਿਹੜਾ ਜਿਸ ਤਰ੍ਹਾਂ ਫੌਜ ਦੇ ਵਿੱਚ ਜਿਹੜੇ ਜਵਾਨ ਹੁੰਦੇ ਨੇ ਲੜਾਈ ਲੜਦੇ ਲੜਦੇ ਜਿਹੜੇ ਆ ਜ਼ਖਮੀ ਹੋ ਜਾਂਦੇ ਆ, ਬਸ ਜੀ ਮੇਰਾ ਵੀ ਹਾਲ ਹੋਇਆ ਕਿ ਮੈਂ ਵੀ ਜ਼ਖਮੀ ਹੋ ਗਿਆ, ਮੈਂ ਵੀ ਜਿਹੜਾ ਕੋਵਿਡ ਪੋਜ਼ਿਟਿਵ ਹੋ ਚੁੱਕਾ। ਜੀ, ਔਰ ਜਿਹੜੇ ਦਰਸ਼ਕ ਸਾਨੂੰ ਲਾਈਵ ਦੇਖ ਰਹੇ ਨੇ, ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਇਹ ਵੀਰ ਹਰਮਿੰਦਰਪਾਲ ਸਿੰਘ ਜੀ, ਇਹ ਜਿੱਦਾਂ ਉਹਨਾਂ ਨੇ ਦੱਸਿਆ ਕਿ ਲਖਨਪੁਰ ਜਿਹੜਾ ਬਾਰਡਰ ਹੈ ਉੱਥੋਂ ਜਿਹੜੇ ਆਉਣ ਜਾਣ ਵਾਲਿਆਂ ਦੇ ਸੈਂਪਲਿੰਗ ਕੀਤੀ ਜਾ ਰਹੀ ਹੈ, ਕੋਰੋਨਾ ਟੈਸਟ ਕੀਤੇ ਜਾ ਰਹੇ ਨੇ, ਇਹ ਉੱਥੇ ਆਪਣੀ ਜਿਹੜੀ ਡਿਊਟੀ ਕਰ ਰਹੇ ਨੇ, ਔਰ ਡਿਊਟੀ ਦੇ ਦੌਰਾਨ ਇਹ ਅੱਜ ਖੁਦ ਪੋਜ਼ਿਟਿਵ ਹੋ ਗਏ ਨੇ। ਮਤਲਬ ਆਪਣੀਆਂ ਪਰਮਾਤਮਾ ਵਾਹਿਗੁਰੂ ਇਹਨਾਂ ਤੇ ਕਿਰਪਾ ਕਰੇ, ਜਲਦੀ ਤੋਂ ਜਲਦੀ ਤੰਦਰੁਸਤ ਹੋ ਜਾਣ, ਔਰ ਇਹ ਸਾਡੇ ਵੀਰ ਆਪਣੀਆਂ ਸੇਵਾਵਾਂ ਦਿੰਦੇ ਹੋਏ, ਕੋਰੋਨਾ ਯੋਧੇ ਜਿਨ੍ਹਾਂ ਨੂੰ ਕਿਹਾ ਜਾਂਦਾ ਬਤੌਰ, ਉਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਦਿੰਦੇ ਹੋਏ, ਜਿੱਦਾਂ ਇਹਨਾਂ ਨੇ ਬਾਖੂਬੀ ਕਿਹਾ ਕਿ ਜਿੱਦਾਂ ਜੰਗ ਦੇ ਵਿੱਚ ਲੜਦਾ ਲੜਦਾ ਫੌਜੀ ਜ਼ਖਮੀ ਹੋ ਜਾਂਦਾ, ਉਸੇ ਤਰ੍ਹਾਂ ਇਹ ਜਿਹੜਾ ਉੱਥੇ ਆਪਣੀ ਡਿਊਟੀ ਕਰਦੇ ਹੋਏ ਅੱਜ ਇਹ ਵੀ ਵੀਰ ਜੀ ਪੋਜ਼ਿਟਿਵ ਹੋਏ ਨੇ। ਪਰ ਅਸੀਂ ਪਰਮਾਤਮਾ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦ ਹੀ ਤੰਦਰੁਸਤ ਹੋ ਜਾਵੋ। ਔਰ ਵੀਰ ਜੀ, ਕੈਸਾ ਮਾਹੌਲ ਹੈ, ਮਤਲਬ ਕਿਸ ਤਰ੍ਹਾਂ ਤੁਸੀਂ ਉੱਥੇ ਆਪਣੀ ਡਿਊਟੀਜ਼ ਦੇ ਰਹੇ ਹੋ ਇਸ ਸਮੇਂ, ਕਿਉਂਕਿ ਸਾਰੇ ਲੋਕ ਅਸੀਂ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਆ, ਆਪਣਾ ਧਿਆਨ ਰੱਖ ਰਹੇ ਆ, ਆਪਣਿਆਂ ਦਾ ਧਿਆਨ ਰੱਖ ਰਹੇ ਆ, ਲੇਕਿਨ ਤੁਸੀਂ ਕਿੱਦਾਂ ਜਾ ਕੇ ਉੱਥੇ ਆਪਣੀ ਡਿਊਟੀਜ਼ ਦੇ ਰਹੇ ਹੋ? ਪਹਿਲੀ ਗੱਲ ਤੇ ਇਹ ਹੈ ਕਿ ਕੋਈ ਟਰਾਂਸਪੋਰਟ ਫੈਸਿਲਿਟੀ ਨਹੀਂ ਹੈ, ਕੁਝ ਵੀ ਪਬਲਿਕ ਟਰਾਂਸਪੋਰਟ ਨਹੀਂ ਚੱਲ ਰਹੇ, ਤੇ ਫਿਰ ਤੁਸੀਂ ਲਖਨਪੁਰ ਤੱਕ ਪਹੁੰਚਦੇ ਕਿਵੇਂ ਹੋ? ਬੜੀ ਮੁਸ਼ਕਲ ਦੇ ਨਾਲ ਪਹੁੰਚਿਆ ਜਾਂਦਾ ਸੀ ਜੀ, ਕਦੀ SRTC ਦੀ ਬੱਸ ਮਿਲ ਜਾਂਦੀ ਸੀ, ਕਦੀ ਐਂਬੂਲੈਂਸ ਦੀ ਲਿਫਟ ਲੈਣੀ ਪੈਂਦੀ ਸੀ ਔਰ ਕਈ ਵਾਰੀ ਤੇ ਜਿਸ ਤਰ੍ਹਾਂ ਪਰਸੋਂ ਦੀ ਗੱਲ ਹੀ ਕਹਿ ਲਓ ਤੇ ਮੈਂ ਜਿਹੜਾ ਬੱਸ ਦਾ ਵੀ ਇੱਕ ਆਪਣਾ ਰੂਲ ਹੈ, ਉਹਨਾਂ ਨੇ ਸਵਾਰੀਆਂ ਦਾ ਸਿਸਟਮ ਹੈ, ਜਦੋਂ ਤੱਕ 25 ਤੋਂ 35 ਸਵਾਰੀਆਂ ਨਹੀਂ ਹੋਣ ਉਹ ਚੱਲਦੇ ਨਹੀਂ ਹੈ, ਤੇ ਮੇਰੀ ਡਿਊਟੀ 8 ਵਜੇ ਖਤਮ ਹੋ ਗਈ ਪਰ ਉਹਦੇ ਬਾਵਜੂਦ ਜਿਹੜਾ ਮੈਂ ਜਿਹੜਾ ਰਾਤੀ 1 ਵਜੇ ਘਰ ਪੁੱਜਿਆ ਤੇ ਉਸ ਦਿਨ ਮੈਂ ਕਮ ਸੇ ਕਮ 7 ਕੇਸਿਸ ਜਿਹੜੇ ਨੇ ਪੋਜ਼ਿਟਿਵ ਡਿਟੈਕਟ ਕੀਤੇ, 8ਵਾਂ ਮੈਂ ਖੁਦ ਹੋ ਗਿਆ। ਤੇ ਵੀਰ ਜੀ, ਇਦਾਂ ਮਤਲਬ ਥੋੜਾ ਜਿਹਾ ਮਨ ਦੇ ਵਿੱਚ ਡਰ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਦੇ ਨਾਲ ਫੈਮਿਲੀ ਦੇ ਵਿੱਚ ਜਾਣਾ ਹੈ, ਔਰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਇਸ ਸਮੇਂ? ਨਹੀਂ, ਡਰ ਤੇ ਜ਼ਰੂਰ ਮਹਿਸੂਸ ਹੁੰਦਾ ਹੈ ਪਰ ਗੱਲ ਹੈ ਕਿ ਅਗਰ ਫੌਜੀ ਇਹੀ ਸੋਚਦਾ ਰਹੇਗਾ ਕਿ ਮੈਂ ਅਗਰ ਮਰ ਗਿਆ ਤੇ ਮੇਰੀ ਫੈਮਿਲੀ ਦਾ ਕੀ ਹੋਏਗਾ, ਅਸੀਂ ਦੇਸ਼ ਦਾ ਸੋਚਣਾ, ਅਸੀਂ ਦੇਸ਼ ਦੇ ਸਾਨੂੰ ਇੱਕ ਰਿਸਪੋਂਸਿਬਿਲਟੀ ਦਿੱਤੀ ਹੈ, ਇਸ ਕਰਕੇ ਅਸੀਂ ਆਪਣੇ ਫਰੰਟ ਦੇ ਉੱਤੇ ਖੜੇ ਹਾਂ। ਮੈਂ ਕੋਰੋਨਾ ਦੀ ਡਿਊਟੀ ਹੁਣ ਤੂੰ ਨਹੀਂ 1 ਸਾਲ ਤੂੰ ਦੇ ਰਿਹਾ, ਮੈਂ ਪਹਿਲੇ ਜਿਹੜੀ ਡਿਊਟੀ ਹੈ ਆਪਣੇ ਹਸਪੀਟਲ ਘਗਵਾਲ ਦਿੱਤੀ ਹੈ, ਉਸ ਦੇ ਦੌਰਾਨ ਮੈਂ ਜਿਹੜਾ ਮੈਨੂੰ ਬਕਾਇਦਾ ਜਿਹੜੀ ਵੈਕਸੀਨੇਸ਼ਨ ਵੀ ਲੱਗੀ ਹੈ, ਦੋਨੋਂ ਡੋਜ਼ਿਸ ਲੱਗੀਆਂ, ਉਸ ਤੋਂ ਮੈਨੂੰ ਕੋਰੋਨਾ ਦਾ ਕੋਈ ਅਸਰ ਨਹੀਂ ਹੋਇਆ, ਪਰ ਇਸ ਵਾਰੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਵਾਇਰਸ ਹੈ ਉਹਦੇ 'ਚ ਵੇਰੀਏਸ਼ਨ ਆ ਰਹੀ ਹੈ, ਇਸ ਕਰਕੇ ਜੀ ਜਿਹੜਾ ਹੁਣ ਜਿਹੜਾ ਵਾਇਰਸ ਦਾ ਜਿਹੜੀ ਵੇਰੀਏਸ਼ਨ ਹੈ ਉਹ ਜ਼ਿਆਦਾ ਖਤਰਨਾਕ ਹੈ ਤੇ ਇਸ ਦੀ ਚਪੇਟ 'ਚ ਇਸ ਵਾਰੀ ਅਸੀਂ ਵੀ ਆ ਗਏ। ਬਿਲਕੁਲ, ਦੇਖੋ ਜਿੱਦਾਂ ਸਾਡੇ ਸਮਾਜ ਦੇ ਅੰਦਰ ਸਿੱਖ ਵੀਰ ਸਾਡੇ ਇੰਨੀਆਂ ਮੂਹਰੇ ਹੋ ਕੇ ਸੇਵਾਵਾਂ ਦੇ ਰਹੇ ਨੇ, ਇਹ ਨੇ ਸਾਡੇ ਵੀਰ, ਸਾਡੇ ਸਿੱਖ ਸਮਾਜ ਦੇ ਨਾਲ ਸੰਬੰਧ ਰੱਖਦੇ ਸਾਡੇ ਕੋਰੋਨਾ ਯੋਧੇ, ਜਿਹੜੇ ਅੱਜ ਬਾਰਡਰਾਂ ਤੇ ਜਿੱਦਾਂ ਜਵਾਨ ਖੜਾ ਹੈ, ਇਹ ਵੀ ਲਖਨਪੁਰ ਬਾਰਡਰ ਤੇ ਖੜੇ ਹੋਏ ਨੇ, ਔਰ ਆਪਣੀਆਂ ਸੇਵਾਵਾਂ ਦੇ ਰਹੇ ਨੇ, ਔਰ ਸੇਵਾਵਾਂ ਦੇਣ ਦੇ ਦੌਰਾਨ ਅੱਜ ਇਹ ਵੀਰ ਖੁਦ ਪੋਜ਼ਿਟਿਵ ਹੋ ਗਏ ਨੇ, ਪਰ ਫਿਰ ਵੀ ਇਹਨਾਂ ਦੇ ਹੌਸਲੇ ਦੀ ਅਸੀਂ ਹੌਸਲੇ ਨੂੰ ਸਲਾਮ ਕਰਦੇ ਹਾਂ, ਕਿਉਂਕਿ ਜਿਹੜੀ ਇਹਨਾਂ ਨੂੰ ਦਲੇਰੀ ਹੈ ਉਹ ਵਿਰਸੇ ਦੇ ਵਿੱਚ ਮਿਲੀ ਹੋਈ ਹੈ, ਜਿਸ ਸਮਾਜ ਦੇ ਨਾਲ ਸੰਬੰਧ ਰੱਖਦੇ ਨੇ ਉਹ ਸਮਾਜ ਦੇ ਵਿੱਚ ਦਲੇਰੀ ਤਾਂ ਆਟੋਮੈਟਿਕਲੀ ਆ ਜਾਂਦੀ ਹੈ। ਔਰ ਵੀਰ ਜੀ, ਜਿੱਦਾਂ ਘਰ ਦੇ ਵਿੱਚ ਤੁਹਾਡੀ ਫੈਮਿਲੀ ਵੀ ਹੈ, ਵਾਈਫ ਬੱਚਾ, ਔਰ ਤੁਹਾਡੇ ਨਾਲ ਨਾਲ ਕੀ ਉਹਨਾਂ ਨੂੰ ਵੀ ਤੁਹਾਡੀ ਡਿਊਟੀਜ਼ ਦਾ, ਜਿੱਦਾਂ ਤੁਸੀਂ ਪੋਜ਼ਿਟਿਵ ਹੋਏ ਹੋ, ਉਹਨਾਂ ਨੂੰ ਵੀ ਪ੍ਰਭਾਵ ਪੈਂਦਾ ਅਜਿਹਾ? ਪੈ ਜਾਂਦਾ ਹੈ ਕਿਉਂਕਿ ਹਾਲੇ ਤੱਕ ਜਿਹੜਾ ਉਹਨਾਂ ਨੂੰ ਵੀ ਵਾਇਰਲ ਇਨਫੈਕਸ਼ਨ ਹੋਈ ਦੀ ਹੈ ਤੇ ਇਸ ਕਰਕੇ ਪ੍ਰਭਾਵ ਜ਼ਰੂਰ ਪੈਂਦਾ ਹੈ।
चाहे तुसी होम आइसोलेशन भी रखो, अपने आप नूं सेपरेट भी रखो, पर फिर भी असर जरूर पै जाता है। डिपार्टमेंट तो यह कहता है कि तुसी जेड़ा उत्थे 15 दिन उत्थे तुहानूं असीं स्टे करवाने हैं, तुहानूं फैसिलिटी देने हैं, पर मैं अपनी फैमिली नूं खुद देखने वाला, मेरी वाइफ खुद डायबिटिक है, ठीक है, मेरा बच्चा है, इस करके मैं अपनी फैमिली नूं नहीं छोड़ सकता। इस करके मैं जेड़ा राती जेड़ा मूव करता सी, पर इस करके है कि असी हर बंदा जेड़ा है स्टे उत्थे नहीं कर सकता। डिपार्टमेंट तो कहिंदा तुसी स्टे करो, तुसी आइसोलेट रहो, पर हर बंदे दी अपने घर दे हालात दी मजबूरी हुंदी है, ते इस करके मैनू जेड़ा अप डाउन करना पिया, जिहदी वजह करके मैनू यह प्रॉब्लम। जी वीर जी, हुण जिदा दस रहे ने कि इन्हां दे जिहड़े अः वाइफ ने वो खुद पेशेंट ने और एक बेटा इन्हां दा, और उत्थे उन्हां नूं स्टे करन दे लई कहा जा रहा है, लेकिन घर दे हालात कहिंदे कोई मजबूरियां अजिहियां ने जिहड़ी उन्हां नूं डेली अप डाउन जिहड़ा लखनपुर तक करना पै रहा है। और वीर जी, किन्ने घंटे दी तुहाडी ड्यूटी रहिंदी है उत्थे? ਸਾਡੀ ਜੀ 6 ਉੱਥੇ 24x7 ਸਾਡੀ ਸ਼ਿਫਟਾਂ ਚੱਲਦੀਆਂ ਨਾ। ਅਸੀਂ ਜਿਹੜਾ ਕਰੋਨਾ ਸੈਂਪਲਿੰਗ ਸੀ ਸਾਂਬਾ ਦੇ ਜਿਹੜੇ ਡਿਸਟ੍ਰਿਕਟ ਦੇ ਜਿਹੜੇ ਲੋਕੀ ਨੇ ਉਹਨਾਂ ਦੀ ਹੀ ਕਰਦੇ ਸੀ। ਮੇਰੀ ਡਿਊਟੀ 8 to 2 ਸੀ, ਮਤਲਬ ਤਕਰੀਬਨ 6 ਘੰਟੇ ਉੱਥੇ। 24x7 ਜਿਹੜੀਆਂ ਸ਼ਿਫਟਾਂ ਬਣੀਆਂ ਨਾ, ਮੈਂ ਜਿਹੜੀ ਹੈ ਵੇਟ ਸ਼ਿਫਟ ਦੇ ਵਿੱਚ ਆਪਣੀ ਡਿਊਟੀ ਦਿੰਦਾ ਸੀ, 2 ਵਜੇ ਤੋਂ ਲੈ ਕੇ ਰਾਤੀ 8 ਵਜੇ। जी, हुण तुसी होम आइसोलेट हो गए हो? ਹਾਂਜੀ, ਕਿਉਂਕਿ ਹੁਣ ਮੈਂ ਜਿਹੜਾ ਆਪਣਾ ਕਰੋਨਾ ਟੈਸਟ ਜਿਹੜਾ ਰਾਜੀਵ ਗਾਂਧੀ ਹਸਪੀਟਲ ਤੋਂ ਕਰਵਾਇਆ, ਉਹਨਾਂ ਨੇ ਬਕਾਇਦਾ ਕਨਫਰਮੇਸ਼ਨ ਦਿੱਤੀ ਹੈ, ਉਹ ਡਿਪਾਰਟਮੈਂਟ ਮੈਨੂੰ ਇਨਫਾਰਮ ਕੀਤਾ ਕਿ ਮੈਂ ਜਿਹੜਾ ਕਰੋਨਾ ਪਾਜ਼ਿਟਿਵ ਹੋ ਚੁੱਕਾ, ਤੇ ਉਸ ਦੀ ਵਜ੍ਹਾ ਕਰਕੇ ਜਿਹੜਾ ਮੈਂ ਹੁਣ ਜਿਹੜਾ ਹੋਮ ਆਈਸੋਲੇਟ ਹਾਂ। ਮੈਂ ਤੁਹਾਡੀ ਚੈਨਲ ਦੇ ਰਾਹੀਂ ਲੋਕਾਂ ਨੂੰ ਇੱਕ ਹੋਰ ਸੰਦੇਸ਼ ਦੇਣਾ ਚਾਹਾਂਗਾ ਕਿ ਜਿਹੜੀ जी ਜੰਮੂ जरूर। ਕਸ਼ਮੀਰ ਦੀ ਗਵਰਨਮੈਂਟ ਹੈ, ਉਹਨੇ ਇੱਕ ਹੈਲਪਲਾਈਨ ਬਣਾਈ ਹੈ ਜਿਹੜੀ ਗਵਰਨਰ ਸਾਹਿਬ ਦੀ ਅਧਿਕਸ਼ਤਾ ਦੇ ਵਿੱਚ ਬਣਾਈ ਗਈ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਗਵਰਨਰ ਸਾਹਿਬ ਦਾ ਔਰ ਡਿਪਕਾਮ ਦਾ, ਜਿਨ੍ਹਾਂ ਕਿ ਕੋਵਿਡ ਕਿੱਟ ਬਣਾਈ ਹੈ, ਤੇ ਮੈਂ ਤੁਹਾਡੇ ਚੈਨਲ ਦੀ ਰਾਹੀਂ ਜਿਹੜਾ ਜ਼ਰੂਰ ਇਹ ਕਹਾਂਗਾ ਕਿ ਤੁਸੀਂ ਇਹ ਜਿਹੜੀ ਕੋਵਿਡ ਕਿੱਟ ਹੈ, ਹਰ ਇੱਕ ਬੰਦਾ ਜਿਹੜਾ ਜਿਹਦੇ ਵਿੱਚ ਇੱਕ ਆਕਸੀਮੀਟਰ, ਇੱਕ ਅਜ਼ਿਥਰੋਮਾਈਸਿਨ, ਇੱਕ ਜ਼ਿੰਕ ਸਲਫੇਟ ਦੀ ਟੇਬਲੇਟ, ਔਰ ਇਹ ਜਿਹੜੀ ਚੀਜ਼ਾਂ ਜਿਹੜੀਆਂ ਦਿੱਤੀ ਜਾਂਦੀਆਂ ਹਨ, ਔਰ ਇਸ ਟਾਈਪ ਦਾ ਜਿਹੜਾ ਇੱਕ ਆਕਸੀਮੀਟਰ ਹੈ ਰਿਲੋਮ ਦਾ, ਇਹ ਜਿਹੜਾ ਦਿੱਤਾ ਜਾਂਦਾ ਹੈ, ਤੇ ਇਹ ਜਿਹੜਾ ਨੰਬਰ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ। जी ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਨੰਬਰ ਦੇ ਥਰੂ ਜਿਹੜਾ ਕੋਈ ਵੀ ਇਨਸਾਨ ਜਿਹੜਾ ਉਹ ਆਪਣੀ ਬੁਕਿੰਗ ਕਰਵਾ ਕੇ, ਇਹ ਬਹੁਤ ਅੱਛਾ ਉਪਰਾਲਾ ਹੈ ਸਾਡੇ ਡੀਸੀ ਸਾਹਿਬਾਨ जी ਔਰ जी ਗਵਰਨਰ ਸਾਹਿਬ ਦਾ, ਕਿ ਜਿਹੜਾ ਕਿ ਇਹ ਫੈਸਿਲਿਟੀ ਦੇ ਰਹੇ ਆ, ਔਰ ਘਰ ਆ ਕੇ ਜਿਹੜੇ ਨੇ ਟੀਮ ਆਉਂਦੀ ਆ ਔਰ ਬਕਾਇਦਾ ਜਿਹੜੀ ਹੈ ਪ੍ਰੋਡਕਟ ਡਿਲੀਵਰ ਕਰਕੇ ਜਾਂਦੀ ਹੈ। ਮੈਂ 1 ਮਿੰਟ ਤੁਹਾਨੂੰ ਨੰਬਰ जी ਕੱਢ ਕੇ ਦੇਵਾਂ ਜੀ, ਬਿਲਕੁਲ। ਇੱਕ ਅਸੀਂ ਮਿੰਟ। ਵੀ ਕੱਲ ਦੇਖਿਆ ਕਿ ਖਾਲਸਾ ਏਡ ਦੇ ਨਾਲ ਟਾਈ ਅਪ ਕਰਕੇ ਜਿਹੜੀਆਂ ਇਹ ਘਰ ਘਰ ਦੇ ਤੱਕ, ਖਾਲਸਾ ਏਡ ਦੇ ਨਾਲ ਵੀ ਇਹਨਾਂ ਵੱਲੋਂ ਟਾਈ ਅਪ ਕੀਤਾ ਗਿਆ। ਔਰ ਜੀ ਜੀ ਮੈਂ ਆਪਣੇ ਘਰ ਦੇ ਬਾਹਰ ਹੀ ਦੇਖਿਆ ਕਿ ਉਹ ਪੇਸ਼ੈਂਟ ਨੂੰ ਇਹ ਜਿੱਦਾਂ ਤੁਸੀਂ ਕਿਹਾ ਪੂਰੀ ਕਿੱਟ ਪ੍ਰੋਵਾਈਡ ਕਰਨ ਆਏ ਹੋਏ ਸੀ ਖਾਲਸਾ ਏਡ ਦੇ ਵਲੰਟੀਅਰਸ ਵੀ। ਜੀ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਹੋ, 0191 2257 1616 1616। 1616 जी। ਹਾਂਜੀ ਹਾਂਜੀ, ਅਸੀਂ ਇਹ ਕਮੈਂਟ ਡੀਸੀ ਬਾਕਸ ਦੇ ਵਿੱਚ ਵੀ ਇਹ ਨੰਬਰ ਡ੍ਰੌਪ ਕਰ ਦਾਂਗੇ ਵੀਰ ਜੀ। ਜੀ। ਤੇ ਇਸ ਨੰਬਰ ਦੇ ਉੱਤੇ ਤੁਸੀਂ ਆਪਣਾ ਜਿਹੜਾ ਜਦੋਂ ਤੁਹਾਡੇ ਕੋਲ ਕੋਵਿਡ ਪੋਜ਼ਿਟਿਵ ਦਾ ਜਿਹੜਾ ਤੁਹਾਡੇ ਕੋਲ ਸਰਟੀਫਿਕੇਟ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰੋ ਔਰ ਉਹਨਾਂ ਨੂੰ ਤੁਸੀਂ ਦੱਸੋ ਕਿ ਮੈਂ ਕੋਵਿਡ ਪੋਜ਼ਿਟਿਵ ਹਾਂ, ਫਿਰ ਉਹ ਤੁਹਾਡਾ ਆਪਣਾ ਘਰ ਦਾ ਐਡਰੈਸ ਪੁੱਛਣਗੇ, ਠੀਕ ਹੈ, ਤੁਹਾਡੀ ਲੋਕੈਲਿਟੀ ਪੁੱਛਣਗੇ, ਫਿਰ ਉਹ ਕਹਿਣਗੇ ਕਿ ਤੁਹਾਡੀ ਬੁਕਿੰਗ ਕਰ ਲਈ ਗਈ ਹੈ ਜਦੋਂ ਤੁਹਾਡਾ ਨੰਬਰ 1 ਅੱਧ ਦਿਨ ਦੇ ਅੰਦਰ, ਕਿਉਂਕਿ ਹਰ ਸਾਰੇ ਜ਼ਿਆਦਾ ਬਹੁਤ ਜ਼ਿਆਦਾ ਲੋਕੀ ਜਿਹੜੇ ਹੈ ਉਹ ਕੋਵਿਡ ਪੋਜ਼ਿਟਿਵ ਹੋ ਰਹੇ ਹੈ। ਡਿਪਾਰਟਮੈਂਟ ਵਾਸਤੇ ਵੀ ਬੜਾ ਮੁਸ਼ਕਲ ਹੈ ਕਿ ਯਕਦਮ ਫੈਸਿਲਿਟੀ ਨਹੀਂ ਪ੍ਰੋਵਾਈਡ ਕਰ ਸਕਦੇ, ਪਰ ਜਿਸ ਤਰ੍ਹਾਂ ਕਿ जी ਮੈਂ ਪਰਸੂ ਕੋਵਿਡ ਪੋਜ਼ਿਟਿਵ ਹੋਇਆ, ਮੈਂ ਕੰਪਲੇਂਟ ਬੁੱਕ ਕਰਾਈ, ਮੈਂ ਡਿਪਾਰਟਮੈਂਟ ਔਰ ਡੀਸੀ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਖਾਸ ਕਰ ਕਿ ਉਹਨਾਂ ਨੇ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਹੈ ਕਿ ਮੈਨੂੰ ਕੱਲ ਜਿਹੜੀ ਹੈ ਕੋਵਿਡ ਕਿੱਟ ਮਿਲ ਗਈ। जी और वीर जी, की सिम्टम्स तुहानू किदा फील होया कि तुहानू मतलब कि अपना जेड़ा कोरोना टेस्ट करवा लेना चाहिदा है, कि कुछ सिम्टम्स वगैरह या वायरल ही फील होया? हाँ, मैनू जी 102 बुखार हो गया, जेड़ा बुखार जेड़ा टुट नहीं रहा, और उदे बाद जेड़ा मैनू चेस्ट कंजेशन हुई, खांसी नहीं हुई पर बलगम आनी शुरू हुई, क्योंकि यही सिम्टम से लोगों नू दसदे सी। फिर मैं जेड़ा एक टेस्ट करवाया, जो मैनू सिम्टम्स लगे तो फिर मैं जेड़ा मैं श्योर हो गया कि मैनू लग रहा सी कि मेरा बुखार जेड़ा टुट नहीं रहा, किधरे मैं भी उस चपेट च तो नहीं आ गया, पर गल सच हो गई कि मैनू कोरोना पॉजिटिव।
ਵੀਰ ਜੀ, ਹੁਣ ਕਿੱਦਾਂ ਬਾਕੀ ਫੈਮਿਲੀ ਕਿੱਦਾਂ ਸਰਵਾਈਵ ਕਰ ਰਹੇ ਹੋ ਤੁਸੀਂ, ਕਿ ਆਪਣੇ ਆਪ ਨੂੰ ਅਲੱਗ ਰੱਖਿਆ ਹੋਇਆ ਤੁਸੀਂ ਫੈਮਿਲੀ ਦੇ ਹਾਂ, ਨਾਲੋਂ? ਅਸੀਂ ਅਲੱਗ ਅਲੱਗ-ਅਲੱਗ ਕਮਰੇ ਦੇ ਵਿੱਚ ਜਿਹੜਾ ਅਸੀਂ ਰਾਤੀ ਜਿਹੜਾ ਸੌਂਦੇ ਜਿਹੜੇ ਆ, ਰੋਟੀ ਵੀ ਅਸੀਂ ਜਿਹੜੀ ਆ ਤਕਰੀਬਨ ਸੈਪਰੇਟ ਸੈਪਰੇਟ ਹੀ ਖਾਂਦੇ ਆ, ਪਰ ਆਪਣੇ ਆਪ ਨੂੰ ਕਾਫੀ ਆਈਸੋਲੇਟ ਕਰਕੇ ਰੱਖਿਆ। ਪਰ ਗੱਲ ਆਈ ਹੈ ਕਿ ਅਗਰ ਛੋਟੀ ਫੈਮਿਲੀ ਹੈ ਤੇ ਇੱਕ ਦੂਜੇ ਤੋਂ ਅਲੱਗ ਤੁਸੀਂ ਨਹੀਂ ਰਹਿ ਸਕਦੇ, ਪਰ ਫਿਰ ਵੀ ਕਾਫੀ ਕੋਸ਼ਿਸ਼ ਕਰੀ ਦੀ ਹੈ ਕਿ ਕੋਸ਼ਿਸ਼ ਅਸੀਂ ਕੀਤੀ ਆਪਣੇ ਆਪ ਨੂੰ ਜਾ ਰਹੀ। ਆਈਸੋਲੇਟ ਕਰੀਏ। ਪਰ ਅੱਗੇ ਰੱਬ ਰਾਖਾ, ਅਗਰ ਰੱਬ ਨੇ ਰੱਖਣਾ ਹੈ ਤੇ ਉਸਨੇ ਪਹਿਲੇ ਵੀ ਬਚਾਇਆ ਸੀ, ਤੇ ਜੇ ਉਹਨੇ ਚਾਹਿਆ ਤਾਂ ਹੁਣ ਵੀ ਬਚਾਏਗਾ। ਬਿਲਕੁਲ, ਜਿੱਦਾਂ ਅਸੀਂ ਗੱਲ ਕਰਦੇ ਹਾਂ ਨਾ ਰੋਜ਼, ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਜਿੱਦਾਂ ਕੋਰੋਨਾ ਯੋਧਿਆਂ ਦੇ ਤੌਰ ਦੇ ਉੱਤੇ ਜਿਹੜੇ ਸਾਡੇ ਸਿੱਖ ਵੀਰ ਨੇ, ਸਾਡੇ ਸਮਾਜ ਦੇ ਅੰਦਰ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੀਆਂ ਸੇਵਾਵਾਂ ਦੇ ਰਹੇ ਨੇ, ਚਾਹੇ ਆਕਸੀਜਨ ਸਿਲੰਡਰ, ਆਕਸੀਜਨ ਕੰਸਨਟ੍ਰੇਟਰਸ, ਮੀਲਸ, ਫੂਡ, ਡਰਾਈ ਮੀਲ, ਰਾਸ਼ਨ ਜਿਹੜਾ ਪਹੁੰਚਾਇਆ ਜਾ ਰਿਹਾ, ਉਹਨਾਂ ਸੇਵਾਵਾਂ ਦੇ ਵਿੱਚੋਂ ਹੀ, ਉਹਨਾਂ ਸੇਵਾਵਾਂ ਦੀ ਤਰ੍ਹਾਂ ਹੀ ਇਹ ਸਰਦਾਰ ਹਰਮਿੰਦਰਪਾਲ ਸਿੰਘ ਜੀ ਜਿਹੜੇ ਲਖਨਪੁਰ ਬਾਰਡਰ ਤੇ ਕੋਰੋਨਾ ਸੈਂਪਲਿੰਗ ਕਰਕੇ ਆਪਣੀਆਂ ਸੇਵਾਵਾਂ ਦੇ ਰਹੇ ਸੀ। ਔਰ ਇਹ ਵੀ ਇੱਕ ਸਾਡੇ ਲਈ ਮਾਣ ਵਾਲੀ ਗੱਲ ਹੈ, ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਸਾਡੇ ਵੀਰ ਜਿਹੜੇ, ਅਗਰ ਸਾਡੇ ਫੌਜੀ ਵੀਰ ਹਮੇਸ਼ਾ ਜਿਹੜੇ ਕਹਿੰਦੇ ਨੇ ਕਿ ਯੂਨਿਟ ਜਿਹੜੀ ਸਰਦਾਰਾਂ ਦੀ ਹਮੇਸ਼ਾ ਅਗਾਂਹ ਖੜੀ ਰਹਿੰਦੀ ਹੈ, ਤਾਂ ਅੱਜ ਵੀ ਇੱਕ ਸਾਡਾ ਸਰਦਾਰ ਭਰਾ ਜਿਹੜਾ ਵੀਰ ਨੇ, ਸਿੱਖ ਵੀਰ, ਉਹ ਸਰਦਾਰ ਹਰਮਿੰਦਰਪਾਲ ਸਿੰਘ ਜੀ ਬਾਰਡਰ ਦੇ ਉੱਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਅੱਜ ਵੀ ਇਹ ਕੋਈ ਜੰਗ ਦੇ ਮੈਦਾਨ ਨਾਲੋਂ ਘੱਟ ਸਮਾਂ ਨਹੀਂ ਹੈ ਜਿੱਥੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਔਰ ਉਹਦੇ ਵਿੱਚ ਇਹ ਜ਼ਖਮੀ, ਜਿੱਦਾਂ ਇਹਨਾਂ ਨੇ ਕਿਹਾ ਕਿ ਮੈਂ ਜ਼ਖਮੀ ਵੀ ਹੋਇਆ, ਕਿ ਪਰਸੋਂ ਦੇ ਇਹ ਖੁਦ ਪੋਜ਼ਿਟਿਵ ਹੋ ਗਏ ਨੇ। ਔਰ ਵੀਰ ਜੀ, ਅਗਰ ਗੱਲ ਕੀਤੀ ਜਾਵੇ ਉੱਥੇ ਲਖਨਪੁਰ ਤੋਂ ਹੁਣ ਕੀ ਹੈਗਾ ਸਾਰਾ ਪ੍ਰੋਸੀਜਰ ਆਉਣ ਜਾਣ ਦਾ, ਮਤਲਬ ਕਿੱਦਾਂ ਸੈਂਪਲਿੰਗ ਕੀਤੀ ਜਾ ਰਹੀ ਹੈ ਇਸ, ਇੱਥੋਂ ਜਾਣ ਵਾਲਿਆਂ ਦੀ, ਉੱਥੋਂ ਆਉਣ ਵਾਲਿਆਂ ਦੀ, ਕੀ ਕੁਝ ਉੱਥੇ ਦਾ ਹੁਣ ਹੈ? ਜਿਹੜੇ ਜਿਹੜੇ ਲੋਕੀ ਜਿਹੜੇ ਨੇ ਪੰਜਾਬ ਤੋਂ ਕ੍ਰਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਕਰਦੇ ਨੇ, ਲਖਨਪੁਰ ਦੇ ਵਿੱਚ ਅਲੱਗ ਅਲੱਗ ਕਾਊਂਟਰ ਬਣਾਏ ਗਏ ਨੇ, ਜੰਮੂ ਡਿਸਟ੍ਰਿਕਟ ਵਾਸਤੇ ਅਲੱਗ, ਸਾਂਬੇ ਵਾਸਤੇ ਅਲੱਗ, ਉਧਮਪੁਰ ਵਾਸਤੇ ਅਲੱਗ, ਹਰ ਇੱਕ ਜਿਹੜਾ ਡਿਸਟ੍ਰਿਕਟ ਵਾਸਤੇ ਅਲੱਗ ਜਿਹੜਾ ਕਾਊਂਟਰ ਹੈ। ਹਰ ਇੱਕ ਬੰਦਾ ਜਿਹੜਾ ਆਪਣੇ ਆਪਣੇ ਡਿਸਟ੍ਰਿਕਟ ਦੇ ਕਾਊਂਟਰ ਤੇ ਜਾ ਕੇ ਹੀ ਸੈਂਪਲਿੰਗ ਕਰੇਗਾ। ਇਹ ਬੇਸਿਕਲੀ ਇਸ ਕਰਕੇ ਕੀਤਾ ਗਿਆ ਤਾਂ ਕਿ ਇਹ ਡਿਫਰੈਂਸ਼ੀਏਟ ਹੋ ਸਕੇ ਕਿ ਕਿਸ ਡਿਸਟ੍ਰਿਕਟ ਦੇ ਲੋਕਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਔਰ ਕਿਸ ਡਿਸਟ੍ਰਿਕਟ ਦੇ ਕੇਸਿਸ ਜਿਹੜੇ ਨੇ ਉਹ ਘੱਟ ਹੈ। ਇੱਕ ਥੋੜਾ ਡਿਫਰੈਂਸ਼ੀਏਸ਼ਨ ਕਰਨ ਵਾਸਤੇ ਜਿਹੜਾ ਇਹ ਕੰਮ ਕੀਤਾ ਗਿਆ, ਕਿਉਂਕਿ ਮੈਂ ਸਾਂਬਾ ਡਿਸਟ੍ਰਿਕਟ ਨੂੰ ਡੀਲ ਕਰਦਾ ਸੀ, ਮੈਂ ਜੰਮੂ ਵਾਲਿਆਂ ਨਾਲ ਡੀਲ ਵੀ ਨਹੀਂ ਕਰ ਸਕਦਾ, ਤੇ ਇਸ ਕਰਕੇ ਜਿਹੜਾ ਇੱਕ ਡਿਫਰੈਂਸ਼ੀਏਸ਼ਨ ਕੀਤੀ ਗਈ ਹੈ। ਬਟ ਮੈਂ ਇੱਕ ਜ਼ਰੂਰ ਗੱਲ ਕਹਾਂਗਾ ਕਿ ਥੋੜੀਆਂ ਉੱਥੇ ਫੈਸਿਲਿਟੀਆਂ ਅੱਛੀਆਂ ਦੇਣੀਆਂ ਚਾਹੀਦੀਆਂ ਹਨ ਕਿ ਥੋੜਾ ਉੱਥੇ ਜਿਹੜਾ ਜਿਹੜਾ ਕੀ ਕਹਿੰਦੇ ਨੇ ਪੱਖੇ ਛੱਖੇ ਜਾਂ ਕੂਲਰ ਜਾਂ ਏਸੀ ਦੀ ਫੈਸਿਲਿਟੀ, ਅਗਰ ਕੁਛ ਬੈਟਰ ਫੈਸਿਲਿਟੀਆਂ ਅਗਰ ਡਿਪਾਰਟਮੈਂਟ ਦੇ ਪਾਏ, ਤੇ ਉਹਦੇ ਨਾਲ ਜਿਹੜੇ ਉੱਥੇ ਮੇਰੇ ਭਰਾ ਵੀਰ ਜਿਹੜੇ ਉੱਥੇ ਪੀਪੀ ਕਿੱਟ ਪਾ ਕੇ, ਕਿਉਂਕਿ ਜਿਹੜੇ ਪੀਪੀ ਕਿੱਟ ਜੀ ਜਦੋਂ ਤੁਸੀਂ ਪਾਉਂਦੇ ਹੋ ਤਾਂ ਬਾਡੀ ਦਾ ਟੈਂਪਰੇਚਰ ਬਹੁਤ ਰਾਈਜ਼ ਕਰ ਜਾਂਦਾ, ਉਸ ਵਜ੍ਹਾ ਕਰਕੇ ਜਿਹੜਾ ਬਾਡੀ ਦੇ ਵਿੱਚ ਜੋ ਬਹੁਤ ਜ਼ਿਆਦਾ ਸਵੈਟ ਆਉਂਦਾ, ਔਰ ਕਈ ਵਾਰੀ ਕਿ ਕਈ ਲੋਕਾਂ ਨੂੰ ਤੇ ਇੱਥੇ ਤੱਕ ਦੇਖਿਆ ਗਿਆ ਕਿ ਬੇਹੋਸ਼ ਵੀ ਹੋ ਜਾਂਦੇ ਨੇ। ਤੋ ਇਸ ਕਰਕੇ ਮੈਂ ਡਿਪਾਰਟਮੈਂਟ ਔਰ ਐਡਮਿਨਿਸਟ੍ਰੇਸ਼ਨ ਅੱਗੇ ਇੱਕ ਅਰਦਾਸ ਕਰਨਾ ਚਾਹਾਂਗਾ, ਉਹਨਾਂ ਰਿਕੁਐਸਟ ਕਰਨਾ ਚਾਹਾਂਗਾ ਕਿ ਥੋੜੀਆਂ ਬੈਟਰ ਫੈਸਿਲਿਟੀਆਂ, ਥੋੜੇ ਬੈਟਰ ਕ੍ਰਾਸ ਵੈਂਟੀਲੇਸ਼ਨ ਦੀਆਂ ਕੂਲਰ ਜੇ ਵੋ, ਉਹਨਾਂ ਨੇ ਪੱਖੇ ਜ਼ਰੂਰ ਲਗਾਏ ਨੇ ਪਰ ਪੱਖਿਆਂ ਦੇ ਨਾਲ ਜਿਹੜਾ ਪਸੀਨਾ ਨਹੀਂ ਸੁੱਕ ਪਾਉਂਦਾ। ਪੀਪੀ ਦੀ ਕਿੱਟ ਪਾ ਕੇ ਤੁਸੀਂ ਸਰਵਾਈਵ ਨਹੀਂ ਕਰ ਪਾਉਂਦੇ, ਅਗਰ ਤੁਸੀਂ ਵੈਸੇ ਨਾਰਮਲ ਅਗਰ ਉਹ ਕਿੱਟ ਨਹੀਂ ਪਾਈ ਤੇ ਪੱਖੇ ਦੇ ਅੱਗੇ ਬੈਠਣਾ ਈਜ਼ੀ ਹੋ ਜਾਂਦਾ, ਲੇਕਿਨ ਉਹਨੂੰ ਵੀਅਰ ਕਰਕੇ ਮੁਸ਼ਕਿਲ ਹੈ, ਕਿਉਂਕਿ ਬਿਲਕੁਲ ਪਲਾਸਟਿਕ ਦੇ ਬੈਗ ਦੇ ਵਿੱਚ ਤੁਸੀਂ ਕਵਰ ਹੁੰਦੇ ਹੋ। ਬਿਲਕੁਲ ਜੀ, ਮੂੰਹ ਤੋਂ ਲੈ ਕੇ ਸਿਰ ਤੱਕ ਪੂਰਾ ਕਵਰ ਕੀਤਾ ਹੁੰਦਾ, ਮੂੰਹ ਤੇ ਮਾਸਕ ਪਾਇਆ ਹੁੰਦਾ, ਸਿਰ ਦੇ ਉੱਤੇ ਜਿਹੜੀ ਕੈਪ ਪਾਈ ਹੁੰਦੀ ਹੈ, ਪੂਰੀ ਬਾਡੀ ਕਵਰ ਹੁੰਦੀ ਹੈ, ਹਵਾ ਬਿਲਕੁਲ ਨਹੀਂ ਜਾਂਦੀ, ਕਿਉਂਕਿ ਸਾਨੂੰ ਵੀ ਇਹ ਖਤਰਾ ਹੁੰਦਾ ਕਿ ਅਸੀਂ ਜਿਸਦਾ ਸੈਂਪਲ ਲੈ ਰਹੇ ਹਾਂ ਕਿਤੇ ਅਸੀਂ ਨਾ ਚਪੇੜ ਦੇ ਵਿੱਚ ਆ ਜਾਈਏ। ਕਈ ਵਾਰੀ ਥੋੜਾ ਬਹੁਤਾ ਮਾਸਕ ਡੋਨ ਵੀ ਕਰਨਾ ਪੈਂਦਾ ਕਿਉਂਕਿ ਅਸੀਂ ਵੀ ਥੋੜੀ ਹਵਾ ਲੈਣੀ ਹੈ। ਹੁਣ ਵਾਇਰਸ ਤੇ ਏਅਰਬੋਰਨ ਵਾਇਰਸ ਹੈ, ਵਾਇਰਸ ਤੇ ਹਵਾ ਦੇ ਵਿੱਚ ਹੈ, ਵਾਇਰਸ ਨੇ ਥੋੜੀ ਦੇਖਣਾ ਕਿ ਮੈਂ ਇਸ ਬੰਦੇ ਨੂੰ ਲੱਗਾ ਕਿ ਨਾ ਲੱਗਾ, ਹੁਣ ਵਾਇਰਸ ਹੈ ਐਂਟਰ ਕਰ ਗਿਆ ਬਾਡੀ ਦੇ ਵਿੱਚ, ਜ਼ਖਮੀ ਹੋ ਗਿਆ। ਜੀ। ਔਰ ਵੀਰ ਜੀ, ਇੱਥੇ ਅਜਮੀਤ ਸਿੰਘ ਜੀ ਤੁਹਾਨੂੰ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਸਾਡੇ ਲਾਇਕ ਕੋਈ ਸੇਵਾ ਹੋਈ ਤਾਂ ਜ਼ਰੂਰ ਦੱਸਿਓ, ਤੁਸੀਂ ਹਮੇਸ਼ਾ ਸਾਡੇ ਲੋਕਾਂ ਲਈ ਖੜੇ ਹੋ, ਤੁਸੀਂ ਹੁਕਮ ਕਰੋ, ਮੇਰੇ ਲਈ ਕੋਈ ਸੇਵਾ ਹੋਏ ਤਾਂ ਦੱਸਿਓ। ਹਰਮਿੰਦਰਪਾਲ ਵੀਰ ਜੀ ਉਹ ਤੁਹਾਨੂੰ ਮੈਸੇਜ ਦੇ ਰਹੇ ਨੇ, ਅਜਮੀਤ ਸਿੰਘ ਜੀ, ਕਿ ਅਗਰ ਤੁਹਾਨੂੰ ਉਹਨਾਂ ਦੀ ਕਿਸੇ ਹੈਲਪ ਦੀ ਜ਼ਰੂਰਤ ਹੈ ਤੇ ਤੁਸੀਂ ਐਨੀ ਟਾਈਮ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਜੀ, ਮੈਂ ਅਜਮੀਤ ਵੀਰ ਜੀ ਦਾ ਬਹੁਤ ਵੱਡਾ ਜਿਹੜਾ ਆਈਡਲ ਮੰਨਦਾ, ਉਹਨਾਂ ਨੂੰ ਬਹੁਤ ਵੱਡਾ ਮੈਂ ਉਹਨਾਂ ਦਾ ਫੈਨ ਮੰਨ ਚੁੱਕਾ ਕਿ ਜੋ ਸੇਵਾ ਉਹ ਦੇ ਰਹੇ ਨੇ, ਕਿਸੇ ਬੰਦੇ ਦਾ ਦਾਹ ਸੰਸਕਾਰ ਕਰਨ ਦੀ ਜਿਹੜੀ ਸੇਵਾ,
बहुत वड्डी सेवा। बंदा जी आंदा परमात्मा जो हुक्म नाल है, पर जांदा है परमात्मा जो हुक्म नाल है। पर जेड़ी इस तरह की जेड़ी प्रॉब्लम बनी दी है, उदे विच कोई भी अपने घर के लोग जेड़े संस्कार नहीं करते, पर गुरु महाराज ने जेड़े पांच प्यारे बना के खुद अमृत छक के जेड़ी दुनिया दे विच एक मिसाल कायम की कि असी तो कोई मर जाए कोई जी जाए तो लंगर लाने हैं, तो कभी भी असी अफसोस। गुरु साहब ने सानू एक ऐसी कौम तैयार की है, जी सिख मतलब गुरसिख मतलब कमांडर, ते सानू सारू संत सिपाही बनाया है। तो और इस वक्त जेड़े सब तो ज्यादा जेड़ा अपनी सेवावां दे रहे हैं वो गुरसिख बंदे दे रहे हैं, सरदार भरा दे रहे हैं, क्या वो गुरुद्वारों के विच ऑक्सीजन के लंगर लग रहे हैं, दवाइया के लंगर लग रहे हैं, और खालसा एड जेड़ी है दुनिया के विच बहुत ज्यादा जेड़ी है वर्क कर रही है। मैं जरूर गुजारिश करांगा जेड़ा भी वर्ल्ड मीडिया तुहाडे थ्रू सुन रहा है कि जेड़े साढ़े फाउंडर मैंबर ने जेड़ा ने खालसा एड बनाई है उन्होंने जरूर नोबल प्राइज फॉर पीस दिता जाए, ये नाल बिल्कुल उन्होंने बहुत हौसला अफजाई होगी। और उन्होंने हिंदुस्तान के विच नहीं इराक के विच भी जदों इराक के विच बड़ी प्रॉब्लम हुई उत्थे जाके उत्थे दे लोगों को सेवा दी। खालसा एक एड ऐसी मैं कहूंगा जिस तरीके ना रेड क्रॉस जेड़ी है वो इंटरनेशनल लेवल दे उत्ते वर्क कर रही है, एक खालसा एड सरदारा दी एक रेड क्रॉस है जिहड़ी पूरी दुनिया च जिथे आवाज मारो उत्थे मिनट नहीं लांदे फटाफट पहुंच जांदे, चाहे उन्हां कोल पैसे होन या ना होन, किधर अरेंज करके जेड़ा अपनी फैसिलिटियां दे देन। तो मैं बहुत शुक्रगुजार हां सारे सिख जथेबंदियां दा, खालसा एड दा, और जेड़े वीर जेड़े अपना दसवंध विचों कढ के जेड़ा गुरु साहब ने सानू एक हुक्म कीता है कि अपनी कमाई का दसवंध कढो, ये दसवंध विच इन्नी ताकत है कि तुसी किसी का भी जेड़ा भला कर सकते हो। सो ये मैं कहना चाहूंगा। जी बिल्कुल। और जिदा तुसी खालसा एड दी गल कीती है, सरदार रवि सिंह होनी खालसा एड दे संस्थापक ने पूरे वर्ल्ड दे अंदर इस समय सरदार रवि सिंह होना दे राही भी जी अज जी इह सेवावां मूहरे आ रही ने कि केड़ी ऐसी बिल्कुल दुनिया दा केड़ा कोना नहीं जिथे उन्हां दी सेवावां नहीं पहुंचाईया जांदियां। अगर जम्मू कश्मीर दी गल करिए तां जम्मू दे अंदर भी खालसा एड दे वलंटियर सरदार गगनदीप सिंह होनी जी जेड़े जी ओ गुरु नानक मिशन हॉस्पिटल देख रहे ने, जेड़े खालसा एड दे राही जी जी चलाया जा रहा, वो भी बाखूबी अपनी सेवावां जेड़ियां जम्मू दे अंदर भी दे रहे ने, चाहे ऑक्सीजन कंसंट्रेटर्स की गल होवे, चाहे कोई भी नीडी लोग ने कोई भी चीज उन्होंने तक पहुंचाउंदी। जिदा मैं गल कीती सी कि प्रशासन ने हुण टाई अप कीता होया खालसा एड दे नाल, जिहड़ी तुसीं किट दी गल कीती है वो खालसा एड दे वलंटियर्स घर घर तक पहुंचाउण बिल्कुल दे विच प्रशासन दी मदद कर रहे ने। ये भी एक बहुत शलाघायोग कदम है और असीं उन्हां नूं वीरां नूं सलाम भी करदे और वधाई भी दिंदे हां, और ये भी कहिंदे कि परमात्मा वाहिगुरु उन्हां नूं जिहड़ा बल बख्शन सेवा दा। और वीर जी तुहाडे राहीं कोई मैसेज तुसीं देना चाहुंदे हो और तुहाडे दिल दी गल जिहड़ी तुसीं सांझी करना चाहुंदे हो इस बाणी चैनल दे राहीं। मैं यही कहना चाहना कि जेड़ा अपना हेल्थ डिपार्टमेंट है कि कम से कम जेड़े जेड़े स्टाफ मेंबर, क्योंकि लॉकडाउन चल रहा है हर बंदे को अपनी फैसिलिटी नहीं होती, अगर हो सके तो उन्होंने किसी तरीके नाल कन्विंस प्रोवाइड करवा के किसी भी तरीके दे नाल उन्हों प्लेस ऑफ पोस्टिंग ते तो उन्हों वापस लियाने दा जेड़ा अगर थोड़ा सा डिपार्टमेंट शलाघा कर पाए ते जी ये असी डिपार्टमेंट दे बहुत शुक्रगुजार होवांगे, क्योंकि ट्रांसपोर्टेशन ही सब तो मेन है, क्योंकि लॉकडाउन दे विच जेड़ा क्योंकि ट्रांसपोर्ट चलती नहीं है। बाकी तुहानू मैं दस्सिया कि बसां जिहड़ियां चलदियां उन्होंने अपना सिस्टम नाल चलना है, ते इस तरीके दे नाल तां कि जेड़े मेरे बाकी योर वीर योद्धे ने वो जख्मी जल्दी ना होण, जख्मी ते हो ही सकते हैं क्योंकि वैक्सीन सानू भी लगी है, पर वायरस जेड़ा है वायरस ने हमला करना है ओदा काम है, साडा काम है अपने आप नू बचाना किस तरह है। पर अगर डिपार्टमेंट सानू थोड़ी जी कन्विंस दी फैसिलिटी प्रोवाइड करवाए जिस तरह की पिछले साल कीती गई सी, इस साल नहीं कर पा दे रहा आई डोंट नो, ते अगर उस तरीके नाल थोड़ी जी अगर कन्विंस दी प्रॉब्लम जेड़ी है वो सॉर्ट आउट करती जाए ते ये डिपार्टमेंट दा बहुत ही शुक्रिया होएगा। जी तुहानू भी थोड़ा सहारा हो जाएगा और समय ते जाके तुसी अपनी जड़ी ड्यूटी निभा सकदे हो, समय सिर घर आ सकदे हो फैमिली दे कोल, क्योंकि और असी कहने हैं कि तुहाडे विच भी बहुत हौसला वाहिगुरु परमात्मा ने बख्शा है कि तुसी पॉजिटिव होके भी अज साडे नाल जड़ी गल कर रहे हो। और यह एक स्नेहा, इहो स्नेहा कि पैनिक नहीं होना, यह जी एक जी जेड़ा तुसी साडे नाल गलबात कर रहे हो लाइव आके, यही एक मैसेज है
ਇਹੀ ਸਾਨੂੰ ਦਰਸਾ ਰਿਹਾ ਕਿ ਕਿੱਦਾਂ ਜੇ ਅਗਰ ਵੀਰ ਹਰਮਿੰਦਰ ਪਾਲ ਹੋਰ ਪੈਨਿਕ ਨਹੀਂ ਹੋਏ ਤਾਂ ਸ਼ਾਇਦ ਅਸੀਂ ਇਸ ਜੰਗ ਨੂੰ ਕਿੰਨੀ ਆਸਾਨੀ ਦੇ ਨਾਲ ਤੁਸੀਂ ਵੀ ਤਾਂ ਜਿੱਤ ਹੀ ਰਹੇ ਹੋ, ਤੁਸੀਂ ਲੜ ਵੀ ਰਹੇ ਹੋ ਔਰ ਇਸ ਜੰਗ ਨੂੰ ਜਿੱਤ ਵੀ ਰਹੇ ਹੋ, ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੁਨੇਹਾ ਤੁਹਾਡੇ ਰਾਹੀਂ ਦਿੱਤਾ ਗਿਆ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਤੱਕ ਜਿਹੜਾ ਪਹੁੰਚਣਾ ਚਾਹੀਦਾ, ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਦਾ ਇਹ ਸੁਨੇਹਾ ਜਿਹੜਾ ਉੱਥੋਂ ਤੱਕ ਪਹੁੰਚਾ ਦਿੱਤਾ ਜਾਏ ਜਿੱਥੇ ਪਹੁੰਚਣਾ ਚਾਹੀਦਾ ਹੈ। ਜਿੱਦਾਂ ਉਹਨਾਂ ਨੇ ਕਿਹਾ ਕਿ ਲਖਨਪੁਰ ਤੋਂ ਲੈ ਕੇ ਜਿਹੜਾ ਜੰਮੂ ਤੋਂ ਲੈ ਕੇ ਲਖਨਪੁਰ ਤੱਕ ਜਾਣਾ ਬਹੁਤ ਔਖਾ, ਰੋਜ਼ ਦਿਹਾੜੀ ਕਿਸੇ ਦੇ ਕੋਲੋਂ ਲਿਫਟ ਮੰਗਣਾ, ਕਿਉਂਕਿ ਹਰ ਹਰ ਇੱਕ ਕੋਲ ਆਪਣਾ ਸਾਧਨ ਨਹੀਂ ਵੀ ਹੁੰਦਾ, ਇਹ ਵੀ ਇੱਕ ਗੱਲ ਸਾਨੂੰ ਜ਼ਿਹਨ ਦੇ ਵਿੱਚ ਰੱਖ ਲੈਣੀ ਚਾਹੀਦੀ ਹੈ। ਹੋਰ ਵੀ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਇਨਸਾਨ ਦੀਆਂ, ਕਿਉਂਕਿ ਜਿਹੜਾ ਦੌਰ ਆ ਅਸੀਂ ਦੇਖ ਹੀ ਰਹੇ ਹਾਂ, ਆਪਣਾ ਗੁਜ਼ਾਰਾ ਕਰਦਾ ਬਹੁਤ ਜ਼ਿਆਦਾ ਮੁਸ਼ਕਿਲ ਦੇ ਨਾਲ ਹੋ ਰਿਹਾ। ਤਾਂ ਇਸਦੇ ਕਰਕੇ ਜਿੱਦਾਂ ਵੀਰ ਉਹਨਾਂ ਨੇ ਕਿਹਾ ਕਿ ਜ਼ਰੂਰੀ ਹੈ ਕਿ ਇਹਨਾਂ ਨੂੰ ਲਿਆਉਣ ਤੇ ਛੱਡਣ ਦਾ ਪਿਕ ਐਂਡ ਡ੍ਰੌਪ ਸਰਵਿਸ ਆ ਜਿਹੜੀ ਇਹਨਾਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਰੋਜ਼ ਰੋਜ਼ ਉੱਥੋਂ ਤੱਕ ਪਹੁੰਚਣਾ ਇਹਨਾਂ ਦੇ ਲਈ ਇੱਕ ਚੁਣੌਤੀ ਬਣ ਜਾਂਦੀ ਹੈ ਕਿ ਉੱਥੇ ਡਿਊਟੀ ਤੇ ਪਹੁੰਚਣਾ ਕਿੱਦਾਂ, ਔਰ ਅੱਗੇ ਡਿਊਟੀ ਇੰਨੀ ਚੁਣੌਤੀ ਭਰੀ ਹੈ। ਔਰ ਇਹ ਹੈ ਕਿ ਚਲੋ ਅਗਰ ਇਹਨਾਂ ਨੂੰ ਲਿਆਉਣ ਛੱਡਣ ਦਾ ਇੱਕ ਜ਼ਰੀਆ ਬਣਾ ਦਿੱਤਾ ਜਾਵੇ, ਇੱਕ ਸਾਧਨ ਦੇ ਦਿੱਤਾ ਜਾਵੇ, ਤਾਂ ਇਹ ਆਰਾਮ ਦੇ ਨਾਲ ਜਿਹੜਾ ਪਹੁੰਚ ਕੇ ਆਪਣੀ ਥਾਂ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਸਕਦੇ ਨੇ ਔਰ ਦੇ ਵੀ ਰਹੇ ਨੇ। ਅਸੀਂ ਸਲਾਮ ਵੀ ਕਰਦੇ ਹਾਂ ਤੁਹਾਡੇ ਹੌਸਲੇ ਨੂੰ, ਤੁਹਾਡੇ ਜਜ਼ਬੇ ਨੂੰ। ਔਰ ਇੱਥੇ ਨਰਿੰਦਰ ਕੌਰ ਜੀ ਲਿਖ ਰਹੇ ਨੇ ਕਿ ਸਰਦਾਰ ਜੀ ਤੁਹਾਡੇ ਤੁਹਾਡੇ ਦੇਸ਼ ਨੂੰ ਤੇ ਸਾਨੂੰ ਵੀ ਬਹੁਤ ਜ਼ਰੂਰਤ ਹੈ, ਪਲੀਜ਼ ਵਾਹਿਗੁਰੂ ਜੀ ਇਹਨਾਂ ਨੂੰ ਜਲਦੀ ਠੀਕ ਕਰਨ। ਆਈ ਐਮ ਪ੍ਰਾਊਡ ਆਫ ਯੂ ਮਾਈ ਹਸਬੈਂਡ ਜੀ, ਤੁਹਾਡੇ ਵਾਈਫ ਤੁਹਾਡੇ ਲਈ ਇੱਥੇ ਲਿਖ ਰਹੇ ਨੇ, ਔਰ ਅਸੀਂ ਇਹਨਾਂ ਦੀ ਵਾਈਫ ਦੇ ਵੀ ਹੌਸਲੇ ਦੀ ਦਾਤ ਦਿੰਦੇ ਹਾਂ ਕਿ ਜਿਹੜੇ ਮਤਲਬ ਕਿ ਆਪਣੀ ਡਿਊਟੀ ਦੇਣ ਜਾਂਦੇ ਨੇ, ਫਿਰ ਵੀ ਤੁਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਰੱਖਿਆ ਹੋਇਆ, ਨਰਿੰਦਰ ਕੌਰ ਜੀ ਹੋਣਾ ਨੇ ਇਹਨਾਂ ਦਾ ਥੰਮ ਬਣ ਕੇ, ਤੁਸੀਂ ਇਹਨਾਂ ਦੀ ਬੈਕ ਬੋਨ ਬਣ ਕੇ ਇਹਨਾਂ ਦੇ ਪਿੱਛੇ ਖੜੇ ਹੋ। ਅਗਰ ਤੁਹਾਡੇ ਵਰਗੇ ਜਜ਼ਬੇ ਵਾਲੀਆਂ ਲੇਡੀਜ਼ ਹੈ ਨੇ, ਅਗਰ ਇਹਨਾਂ ਵੀਰਾਂ ਦੀਆਂ ਇੰਨੀਆਂ ਜਜ਼ਬੇ ਵਾਲੀਆਂ ਲੇਡੀਜ਼ ਇਹਨਾਂ ਦੇ ਪਿੱਛੇ ਬੈਕ ਬੋਨ ਬਣ ਕੇ ਖੜੀਆਂ ਨੇ, ਤਾਂ ਸ਼ਾਇਦ ਇਹ ਆਪਣੀਆਂ ਸੇਵਾਵਾਂ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ, ਬਹੁਤ ਜ਼ਿਆਦਾ ਸੋਲਿਡ ਤਰੀਕੇ ਦੇ ਨਾਲ ਦੇ ਸਕਦੇ ਨੇ ਔਰ ਦਿੰਦੇ ਵੀ ਰਹਿਣਗੇ। ਔਰ ਪਰਮਾਤਮਾ ਵਾਹਿਗੁਰੂ ਦਾ ਮੇਰ ਭਰਿਆ ਹੱਥ ਵੀ ਵੀਰ ਜੀ ਤੁਹਾਡੇ ਤੇ ਹਮੇਸ਼ਾ ਰਹੇ ਔਰ ਤੁਸੀਂ ਜਲਦ ਤੋਂ ਜਲਦ ਤੰਦਰੁਸਤ ਹੋ ਜਾਓ, ਅਸੀਂ ਇਹੋ ਅਰਦਾਸ ਕਰਦੇ ਹਾਂ। ਮੈਂ ਰੀਅਲੀ ਆਪਣੀ ਵਾਈਫ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਮੈਨੂੰ ਜਿਹੜੇ ਇਸ ਜੰਗ ਦੇ ਵਿੱਚ ਲਗਾਤਾਰ 1.5 ਸਾਲ ਹੋ ਗਿਆ ਮੈਨੂੰ ਇਸ ਜੰਗ ਤੇ ਜਾਂਦੇ ਹੋਏ, ਔਰ ਮੇਰੀ ਵਾਈਫ ਨੇ ਕਦੀ ਨਹੀਂ ਕਿਹਾ ਕਿ ਤੁਸੀਂ ਡਿਊਟੀ ਨਹੀਂ ਦੇਣੀ, ਪਰ ਉਹ ਕਹਿੰਦੇ ਡਿਊਟੀ ਦਿਓ ਪਰ ਪਰਹੇਜ਼ ਦੇ ਨਾਲ ਦਿਓ ਤਾਂ ਕਿ ਸਾਨੂੰ ਪ੍ਰੋਬਲਮ ਨਾ ਹੋਏ, ਪਰ ਅਸੀਂ ਪਰਹੇਜ਼ ਤੇ ਕਰਦੇ ਰਹੇ, ਪਰ ਉਹੀ ਗੱਲ ਹੈ ਕਿ ਕਦੀ ਨਾ ਕਦੀ ਤੇ ਜ਼ਖਮੀ ਹੋਣਾ ਸੀ, ਉਹ ਇਸ ਕਰਕੇ ਅਸੀਂ ਜ਼ਖਮੀ ਹੋਏ। ਮੈਂ ਆਪਣੀ ਵਾਈਫ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰਾ ਭਰਪੂਰ ਸਾਥ ਦਿੱਤਾ, ਔਰ ਮੇਰਾ ਬੱਚੇ ਨੇ ਵੀ ਬੜਾ ਭਰਪੂਰ ਸਾਥ ਦਿੱਤਾ, ਔਰ ਹਮੇਸ਼ਾ ਜਿਹੜੀ ਹੈ ਮੈਨੂੰ ਸਪੋਰਟ ਕਰਦੇ ਰਹੇ ਮੋਰਲੀ ਔਰ ਮੈਂਟਲੀ, ਔਰ ਇਸੇ ਵਜ੍ਹਾ ਕਰਕੇ ਜਿਹੜੀ ਹੈ ਮੈਂ ਜਿਹੜਾ ਮੈਨੂੰ ਡਿਪਾਰਟਮੈਂਟ ਨੇ ਅਵਾਰਡ ਵੀ ਦਿੱਤਾ ਹੈ ਡੈਡੀਕੇਟਡ ਕੋਰੋਨਾ ਵਾਰੀਅਰ ਦਾ। ਪਰ ਗੱਲ ਉਹੀ ਓ ਆ ਜਾਂਦੀ ਹੈ ਕਿ ਜਦੋਂ ਚਪੇੜ ਦੇ ਵਿੱਚ ਕੋਈ ਵੀ ਫੌਜੀ ਆ ਜਾਏ, ਗੋਲੀ ਲੱਗ ਜਾਏ ਤੇ ਜ਼ਖਮੀ ਹੋਈ। ਜੀ, ਔਰ ਵੀਰ ਜੀ ਉਹਨਾਂ ਨੇ ਜਿੱਦਾਂ ਦੱਸਿਆ ਕਿ ਡੈਡੀਕੇਟਡ ਕੋਰੋਨਾ ਵਾਰੀਅਰਸ ਦਾ ਇਹਨਾਂ ਨੂੰ ਅਵਾਰਡ ਵੀ ਮਿਲਿਆ ਕਿ ਕੋਰੋਨਾ ਯੋਧੇ ਹੋਣ ਦਾ ਇਹਨਾਂ ਨੂੰ ਅਵਾਰਡ ਵੀ, ਐਪਰੀਸੀਏਸ਼ਨ ਅਵਾਰਡ ਵੀ ਦਿੱਤਾ ਗਿਆ ਵਾ। ਔਰ ਬਾਕੀ ਤੁਸੀਂ ਕੰਟੀਨਿਊ ਆਪਣੀਆਂ ਸੇਵਾਵਾਂ ਦੇ ਹੀ ਰਹੇ ਹੋ ਔਰ ਤੁਸੀਂ ਜਲਦ ਤੋਂ ਜਲਦ ਤੰਦਰੁਸਤ ਹੋ ਜਾਓ, ਇਹ ਅਸੀਂ ਪਰਮਾਤਮਾ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ। ਪਰਮਾਤਮਾ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਵੀ ਤੰਦਰੁਸਤ ਰੱਖੇ, ਅਗਰ ਤੁਸੀਂ ਪੋਜ਼ਿਟਿਵ ਹੋਏ ਹੋ ਤਾਂ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਬਾਕੀ ਦਾ ਪਰਿਵਾਰ ਆ ਜਿਹੜਾ ਸਾਰਾ ਤੰਦਰੁਸਤ ਰਹੇ। ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਅਜਿਹੀ ਕੋਈ ਜਿਹੜੀ ਘੜੀ ਨਾ ਹੀ ਦੇਖਣੀ ਪਵੇ ਔਰ ਉਹ ਇਸ ਜਿਹੜੇ ਕੋਰੋਨਾ ਦੀ ਚਪੇਟ ਵਿੱਚ ਨਹੀਂ ਆਉਣ, ਉਹਨਾਂ ਨੂੰ ਆਪਣਾ ਧਿਆਨ ਉਹ ਆਪਣਾ ਜ਼ਰੂਰ ਰੱਖਣ। ਤੇ ਉਹਨਾਂ ਨੇ ਔਰ ਮਨਵੀਰ ਸਿੰਘ ਲਿਖ ਰਹੇ ਨੇ ਕਿ ਡਾਕਟਰ ਹਰਮਿੰਦਰਪਾਲ ਸਿੰਘ ਜੀ ਤੁਹਾਡੇ ਅਸੀਂ ਦੌਰ ਵਿੱਚ ਉਹਨਾਂ ਨੇ ਕਿਹਾ ਕਿ ਮੁਸ਼ਕਿਲ ਦੌਰ ਵਿੱਚ ਸੇਵਾਵਾਂ ਕਰਨ ਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਨਵੀਰ ਸਿੰਘ ਜੀ ਲਿਖ ਰਹੇ ਨੇ ਹਰਮਿੰਦਰਪਾਲ ਸਿੰਘ ਜੀ ਹੋਣਾ ਦੇ ਲਈ ਕਿ ਤੁਸੀਂ ਇਸ ਮੁਸ਼ਕਿਲ ਘੜੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ, ਇਹਨਾਂ ਸੇਵਾਵਾਂ ਦੇ ਲਈ ਉਹ ਤੁਹਾਡਾ ਧੰਨਵਾਦ ਕਰ ਰਹੇ ਨੇ। ਮੈਂ ਇੱਕ ਬਾਣੀ ਚੈਨਲ ਔਰ ਸਾਰੇ ਭਰਾ ਵੀਰਾਂ ਦਾ ਜਿਹੜੇ ਵੀ ਇੱਕ ਬਾਣੀ ਚੈਨਲ ਦੇ ਨਾਲ ਜੁੜੇ ਨੇ, ਇੱਕ ਬਾਣੀ ਚੈਨਲ ਜਿਹੜਾ ਰੀਅਲੀ ਇੱਕ ਮੀਡੀਆ ਦਾ 4th ਪਿੱਲਰ ਹੋਣੇ ਦਾ ਬਹੁਤ ਵਧੀਆ ਰੋਲ ਅਦਾ ਕਰ ਰਿਹਾ ਹੈ, ਜੇਕੇ ਮੀਡੀਆ ਦਾ ਜਿਹੜਾ ਇੱਕ ਪਾਰਟ ਹੈ ਜਿਹੜੀ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰ ਰਿਹਾ ਔਰ ਲੋਕਾਂ ਨੂੰ ਦੱਸ ਰਿਹਾ ਹੈ ਕਿ ਕਿਹੜੇ ਅਸਲੀ ਵੀਰ ਯੋਧੇ ਨੇ ਜਿਹੜੇ ਕਿ ਦੁਨੀਆ ਦੇ ਵਿੱਚ ਇਸ ਵਕਤ ਕੰਮ ਕਰ ਰਹੇ ਨੇ। ਔਰ ਮੈਂ ਰਮਨ ਭਰਜਾਈ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ
ਜਿਹੜਾ ਮੁਸ਼ਕਲ ਕੰਮ ਦੇ ਵਿੱਚ ਜਿਹੜਾ ਆਪਣਾ ਫੈਮਿਲੀ ਨੂੰ ਛੱਡ ਕੇ ਇਹ ਜਿਹੜਾ ਇੱਕ ਵੈਲਿਊਏਬਲ ਟਾਈਮ ਲੈ ਕੇ ਲੋਕਾਂ ਦਾ ਉਹਨਾਂ ਦੇ ਵਿਚਾਰ ਸੁਣ ਕੇ ਪੂਰੀ ਦੁਨੀਆ ਤੱਕ ਪਹੁੰਚਾ ਰਹੇ, ਮੈਂ ਤੁਹਾਨੂੰ ਜਿਹੜਾ ਇਸ ਗੱਲ ਵਾਸਤੇ ਸਲੂਟ ਕਰਦਾ। ਔਰ ਮੈਂ ਉਹ ਅਰਦਾਸ ਕਰਾਂਗਾ ਕਿ ਇੱਕ ਬਾਣੀ ਚੈਨਲ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਦੇਖਿਆ ਜਾਏ, ਤਾਂ ਕਿ ਬਾਕੀ ਦੁਨੀਆ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇੱਕ ਬਾਣੀ ਚੈਨਲ ਜਿਹੜਾ ਜੰਮੂ ਦਾ ਚੈਨਲ ਹੈ ਉਹ ਕਿੰਨਾ ਸ਼ਲਾਘਾਯੋਗ ਜਿਹੜਾ ਕੰਮ ਕਰ ਰਿਹਾ। ਜੀ ਬਿਲਕੁਲ, ਔਰ ਅਸੀਂ ਬਿਲਕੁਲ ਅਗਰ ਤੁਹਾਡੇ ਵੀਰਾਂ ਦੀਆਂ ਸਾਰਿਆਂ ਦੀਆਂ ਦੁਆਵਾਂ ਔਰ ਵਾਹਿਗੁਰੂ ਪਰਮਾਤਮਾ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹੋਏਗਾ, ਔਰ ਅਸੀਂ ਜਿੰਨੀ ਦੇਰ ਤੱਕ ਵਾਹਿਗੁਰੂ ਪਰਮਾਤਮਾ ਸਾਡੇ ਕੋਲੋਂ ਸੇਵਾਵਾਂ ਲੈਣਗੇ, ਅਸੀਂ ਸੇਵਾਵਾਂ ਜਿਹੜੀਆਂ ਦਿੰਦੇ ਰਹਾਂਗੇ। ਔਰ ਮਨਮੀਤ ਕੌਰ ਜੀ ਲਿਖ ਰਹੇ ਨੇ, ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। ਹਰਮਿੰਦਰ ਭਾਗ ਵਿੱਚ ਉਹ ਤੁਹਾਡੇ ਲਈ ਲਿਖ ਰਹੇ ਨੇ ਕਿ ਤੁਸੀਂ ਥੈਂਕ ਯੂ ਜੀ, ਜਲਦ ਥੈਂਕ ਠੀਕ ਯੂ। ਹੋਵੋ ਔਰ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। ਵੀਰ ਜੀ ਇੱਥੇ ਗੁਰਪ੍ਰੀਤ ਕੌਰ ਲਿਖ ਰਹੇ ਨੇ, ਅਗਰ ਤੁਸੀਂ ਉਹਨਾਂ ਨੂੰ ਕੋਈ ਸੁਝਾਅ ਦੇ ਸਕੋ। ਇੱਥੇ ਉਹਨਾਂ ਨੇ ਲਿਖਿਆ ਹੈ ਕਿ ਕੋਰੋਨਾ ਪੋਜ਼ਿਟਿਵ ਹੈ ਮੇਰੀ ਸਿਸਟਰ, ਉਹਨਾਂ ਨੂੰ ਬ੍ਰੀਦਿੰਗ ਪ੍ਰੋਬਲਮ ਆ ਰਹੀ ਹੈ, ਆਕਸੀਜਨ ਲੈਵਲ 84, 89, 90 ਹੈ, ਹਾਂਜੀ, ਤੇ ਹੁਣ ਫੀਵਰ ਵੀ ਨਹੀਂ ਹੋਇਆ ਉਹਨਾਂ ਨੂੰ 3 ਦਿਨ ਤੋਂ। ਅੱਛਾ ਕੋਈ ਕੀ ਉਹ ਰਿਕਵਰੀ ਕਰ ਰਹੇ ਨੇ ਪਲੀਜ਼ ਦੱਸੋ। ਉਹ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਦੀ ਆਕਸੀਜਨ ਲੈਵਲ ਆ ਉਹ 84, 99 ਤੇ 90 ਤੱਕ ਹੈ, ਪਰ ਫੀਵਰ ਨਹੀਂ ਹੈ। ਕਿ ਉਹ ਰਿਕਵਰੀ ਦੇ ਉੱਤੇ ਨੇ? ਨਹੀਂ, ਉਹਨਾਂ ਨੂੰ ਕਿਸੇ ਜਿਹੜਾ ਹਸਪੀਟਲ ਜਾ ਕੇ ਜਿਹੜੀ ਆਪਣੀ ਕੰਸਲਟੇਸ਼ਨ ਲੈਣੀ ਚਾਹੀਦੀ ਹੈ, ਕਿਉਂਕਿ ਅਗਰ ਉਹਨਾਂ ਦਾ ਆਕਸੀਜਨ ਲੈਵਲ ਜਿਹੜਾ 90 ਤੋਂ ਥੱਲੇ ਜਾਂਦਾ ਹੈ ਤਾਂ ਉਹ ਕ੍ਰਿਟੀਕਲ ਹੈ, ਇਸ ਕਰਕੇ ਉਹਨਾਂ ਨੂੰ ਜਿਹੜਾ ਇਮੀਡੀਏਟਲੀ ਜਿਹੜੀ ਹੈ ਇਸ ਦੇ ਵਾਸਤੇ ਕੰਸਲਟੇਸ਼ਨ ਲੈਣੀ ਚਾਹੀਦੀ ਹੈ। ਜੀ ਜੀ ਬਿਲਕੁਲ, ਅਸੀਂ ਜੀ ਗੁਰਪ੍ਰੀਤ ਕੌਰ ਨੂੰ ਇਹੀ ਕਹਾਂਗੇ ਕਿ ਤੁਸੀਂ ਕੰਸਲਟ ਕਰ ਲਓ ਹਸਪੀਟਲ ਦੇ ਵਿੱਚ ਜਾ ਕੇ, ਔਰ ਜੀ ਤੁਹਾਨੂੰ ਉੱਥੇ ਵੀ ਫੈਸਿਲਿਟੀ ਪ੍ਰੋਵਾਈਡ ਹੋ ਜਾਏਗੀ। ਜੀ ਤੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਮਿੰਦਰਪਾਲ ਵੀਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕਾ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਇਸ ਸਮ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਹਰਮਿੰਦਰਪਾਲ ਸਿੰਘ ਜੀ, ਜਿਹੜੇ ਜਿਹੜੇ ਬਤੌਰ ਕੋਰੋਨਾ ਯੋਧੇ ਲਖਨਪੁਰ ਬਾਰਡਰ ਦੇ ਉੱਪਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਕੋਰੋਨਾ ਦੀ ਜਿਹੜੀ ਸੈਂਪਲਿੰਗ ਹੋ ਰਹੀ ਹੈ ਉਹ ਇਹਨਾਂ ਦੇ ਰਾਹੀਂ ਕੀਤੀ ਜਾ ਰਹੀ ਹੈ, ਔਰ ਰੋਜ਼ਾਨਾ ਜੰਮੂ ਤੋਂ ਲੈ ਕੇ ਲਖਨਪੁਰ ਤੱਕ ਦਾ ਇਹ ਪ੍ਰਾਈਵੇਟ ਵਹੀਕਲ ਤੇ ਚੱਲ ਨਹੀਂ ਰਹੇ। ਪਤਾ ਨਹੀਂ ਬਹੁਤ ਜ਼ਿਆਦਾ ਮੁਸ਼ਕਲਾਂ ਦੇ ਨਾਲ ਇਹ ਉੱਥੋਂ ਤੱਕ ਪਹੁੰਚ ਰਹੇ ਨੇ। ਉਸ ਦੇ ਬਾਅਦ PPT ਕਿੱਟਾਂ ਪਾ ਕੇ ਬਹੁਤ ਹੀ ਮੁਸ਼ਕਿਲ ਦੇ ਨਾਲ ਇਹਨਾਂ ਦੇ ਰਾਹੀਂ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਔਰ ਖੁਦ ਵੀ ਹੁਣ ਇਹ ਪਰਸੋਂ ਤੋਂ ਜਿਹੜੇ ਪੋਜ਼ਿਟਿਵ ਹੋ ਗਏ ਨੇ। ਜਿੱਦਾਂ ਉਹਨਾਂ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ ਕਿ ਫੌਜੀ ਲੜਦਾ ਲੜਦਾ ਜ਼ਖਮੀ ਤੇ ਹੁੰਦਾ ਹੀ ਆ, ਉਹ ਵੀ ਜ਼ਖਮੀ ਹੋ ਗਏ ਨੇ, ਪਰ ਪਰਮਾਤਮਾ ਵਾਹਿਗੁਰੂ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਤੰਦਰੁਸਤ ਕਰੇ। ਔਰ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ ਇੱਕ ਬਾਣੀ ਚੈਨਲ ਦੇ ਨਾਲ, ਤੇ ਹੁਣ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।